ਨਵੰਬਰ ਨੂੰ ਜਦੋਂ ਦੁਨੀਆ ਕਤਰ 'ਚ ਹੋ ਰਹੇ ਫੁੱਟਬਾਲ ਮੈਚ ਦਾ ਆਨੰਦ ਮਾਣ ਰਹੀ ਸੀ ਤਦ ਦੁਨੀਆ ਦੇ ਵਿੱਚ ਚੈਟ GPT ਨਾਂ ਦੇ ਟੂਲ ਨੇ ਡੈਬਿਊ ਕੀਤਾ ਸੀ। ਇਸ ਟੂਲ ਦੇ ਵਿੱਚ ਤੁਸੀਂ ਬਹੁਤ ਸਹੀ ਤੇ ਸਟੀਕ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਤੁਸੀਂ ਜੋ ਕੁਝ ਵੀ ਲਿਖਣਾ ਚਾਹੁੰਦੇ ਹੋ ਇਸ ਟੂਲ ਦੇ ਵਿੱਚ ਤੁਸੀਂ ਉਸੇ ਤਰੀਕੇ ਦੇ ਨਾਲ ਹੀ ਪਾ ਸਕਦੇ ਹੋ। ਇਹ ਟੂਲ ਗੂਗਲ ਦੇ ਲਈ ਵੱਡਾ ਖਤਰਾ ਬਣ ਕੇ ਉਭਰਿਆ। ਜੀਮੇਲ ਦੇ ਸੰਸਥਾਪਕ ਪੌਲ ਨੇ ਦੱਸਿਆ ਕਿ ਇਹ ਟੂਲ ਆਉਣ ਵਾਲੇ 2 ਸਾਲਾਂ ਦੇ ਵਿੱਚ ਗੂਗਲ ਨੂੰ ਖਤਮ ਕਰ ਦੇਵੇਗਾ। ਵਰਤਮਾਨ ਦੇ ਵਿੱਚ ਇਸ ਪ੍ਰੋਗਰਾਮ 'ਚ ਕਾਫੀ ਕਮੀਆਂ ਦੇਖੀਆਂ ਜਾ ਸਕਦੀਆਂ ਨੇ, ਪਰ ਸਮੇਂ ਦੇ ਨਾਲ ਇਹ ਹੋਰ ਚੁਸਤ ਹੋ ਜਾਵੇਗਾ। ਇਸ ਨੂੰ ਯੂਜ਼ ਕਰਨ ਵਾਲੇ ਲੋਕ ਤਰੀਫਾਂ ਦੇ ਪੁੱਲ ਬਣ ਰਹੇ ਨੇ, ਉੱਥੇ ਹੀ ਕੁਝ ਲੋਕ ਇਸ ਤੋਂ ਡਰ ਵੀ ਰਹੇ ਨੇ। ਜੇਕਰ ਤੁਸੀਂ ਇੰਟਰਨੈਟ 'ਤੇ ਚੈਟ GPT ਦੀਆਂ ਸਮੀਖਿਆਵਾਂ ਦੇ ਬਾਰੇ ਪੜ੍ਹਦੇ ਹੋ ਤਾਂ ਤੁਹਾਨੂੰ ਇਸ ਦੇ ਵਿੱਚ ਖਤਰੇ ਸ਼ਬਦ ਦਾ ਵਾਰ ਵਾਰ ਜ਼ਿਕਰ ਮਿਲੇਗਾ। ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਪ੍ਰੋਗਰਾਮ ਤੇਜ਼ੀ ਦੇ ਨਾਲ ਮਨੁੱਖਾਂ ਦੀ ਦਿਮਾਗ ਦੀ ਨਕਲ ਕਰ ਰਿਹਾ। ਦਰਅਸਲ ਚੈਟ GPT ਇੱਕ ਸੌਫਟਵੇਅਰ ਹੈ ਜੋ ਤੁਹਾਨੂੰ ਖੋਜ ਕਰਨ ਤੇ ਮਨੁੱਖਾਂ ਵਰਗੇ ਜਵਾਬ ਦਿੰਦਾ। ਇਹ ਗੂਗਲ ਵਰਗਾ ਨਹੀਂ ਹੈ ਜੋ ਖੋਜ ਤੇ ਅਸਲ ਸਮੇਂ ਦੇ ਨਤੀਜੇ ਦਿੰਦਾ। ਕੁਝ ਲੋਕ GPT ਨੂੰ ਆਧੁਨਿਕ MMS ਵਜੋਂ ਵੀ ਜਾਣਦੇ ਨੇ। ਇਹ AI ਚੈਟ ਬੋਟ 'ਚ ਵਿਆਪਕ ਤੌਰ ਤੇ ਵਰਤਿਆ ਜਾ ਸਕਦਾ ਹੈ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਮਨੁੱਖਾਂ ਵਾਂਗ ਟੈਕਸਟ ਜਾਰੀ ਕਰਦਾ ਹੈ। ਚੈਟ GPT ਲਗਭਗ 100 ਭਾਸ਼ਾਵਾਂ ਦੇ ਵਿੱਚ ਉਪਲਬਧ ਹੈ, ਪਰ ਅੰਗਰੇਜ਼ੀ 'ਚ ਇਹ ਸਭ ਤੋਂ ਵਧੀਆ ਜਵਾਬ ਦਿੰਦਾ ਹੈ। ਇਹ ਸਿਸਟਮ ਓਪਨ AI ਨਾਮ ਦੀ ਕੰਪਨੀ ਦੁਆਰਾ ਸਾਲ 2015 ਦੇ ਵਿੱਚ ਸੈਮ ਉਲਟਮੈਨ ਅਤੇ ਐਲਨ ਮਸਕ ਦੇ ਦੁਆਰਾ ਵਿਕਸਿਤ ਕੀਤਾ ਗਿਆ ਸੀ। ਐਲਨ ਮਸਕ ਸਾਲ 2018 ਦੇ ਵਿੱਚ ਇਸ ਤੋਂ ਵੱਖ ਹੋ ਗਏ ਸੀ। ਇਸ ਨੂੰ 30 ਨਵੰਬਰ 2022 ਨੂੰ ਲਾਂਚ ਕੀਤਾ ਗਿਆ ਸੀ। ਚੈਟ GPT ਦੇ 5 ਦਿਨਾਂ ਦੇ ਅੰਦਰ ਹੀ 10 ਲੱਖ ਲੋਕ ਜੁੜਦੇ। ਇਸ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਲਈ ਉਪਭੋਗਤਾਵਾਂ ਨਾਲ ਚੈਟ ਬੋਟ ਦੇ ਸਵਾਲ ਅਤੇ ਜਵਾਬ ਦੀ ਵਰਤੋਂ ਕੀਤੀ ਜਾਂਦੀ ਹੈ। ਓਪਨ AI ਦਾ ਕਹਿਣਾ ਹੈ ਕਿ ਇਸ ਚੈਟ ਬੋਟ ਦੀ ਵਰਤੋਂ ਸਾਰਿਆਂ ਲਈ ਮੁਫ਼ਤ ਹੋਵੇਗੀ। ਇਹ ਟੈਸਟਿੰਗ ਅਤੇ ਖੋਜ ਦੌਰਾਨ ਸਾਰਿਆਂ ਲਈ ਉਪਲਬਧ ਹੋਵੇਗੀ। ਕੰਪਨੀ ਦੇ ਇਸ ਬਿਆਨ ਦੇ ਨਾਲ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਭਵਿੱਖ ਦੇ ਵਿੱਚ ਓਪਨ AI ਚੈਟ GPT ਦੀ ਵਰਤੋਂ ਲਈ ਪੈਸੇ ਚਾਰਜ ਕਰਨਾ ਸ਼ੁਰੂ ਕਰ ਦੇਵੇਗਾ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਟੈਸਟਿੰਗ ਅਤੇ ਰਿਸਰਚ ਦੌਰਾਨ ਸੌਫਟਵੇਅਰ ਕਈ ਵਾਰ ਗਲਤ ਅਤੇ ਗੁੰਮਰਾਹ ਕਰਨ ਜਾਣਕਾਰੀ ਦੇ ਸਕਦਾ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਚੈਟ ਬੋਟ ਦਾ ਡਾਟਾ ਹਿਸਟਰੀ ਸਿਰਫ 2021 ਤੱਕ ਹੀ ਸੀਮਿਤ ਹੋਵੇਗਾ। ਇਹ ਚੈਟ GPT ਨੌਕਰੀ ਪੇਸ਼ਾ ਲੋਕਾਂ ਦੀ ਕ੍ਰੀਏਟੀਵਿਟੀ ਦੇ ਲਈ ਖਤਰਾ ਬਣਿਆ ਹੋਇਆ। ਸਭ ਤੋਂ ਜ਼ਿਆਦਾ ਖਤਰਾ ਇਹ ਪੱਤਰਕਾਰੀ ਦੇ ਖੇਤਰ ਵਿੱਚ ਬਣਿਆ ਹੋਇਆ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੈਟ GPT ਖੁਦ ਹੀ ਸਾਰੇ ਆਰਟੀਕਲ ਲਿਖ ਦੇਵੇ, ਜਿਸ ਦੇ ਨਾਲ ਪੱਤਰਕਾਰੀ ਵਿਭਾਗ ਦੇ ਵਿੱਚ ਨੌਕਰੀਆਂ ਦਾ ਘਾਟਾ ਪੈ ਜਾਵੇ। ਉੱਥੇ ਹੀ ਚੈਟ GPT ਗੂਗਲ ਦੇ ਲਈ ਵੀ ਵੱਡਾ ਖਤਰਾ ਬਣਿਆ ਹੋਇਆ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਚੈਟ GPT ਗੂਗਲ ਨੂੰ ਖਤਮ ਹੀ ਕਰ ਦੇਵੇ।